नमस्कार आप देख रहे हैं द भारत खबर द भारत खबर की चुनावी यात्रा इस वक्त पहुंची है बूचो मंडी में हम एक गांव में हैं बूचो मंडी हलके से विधायक है कांग्रेस के प्रीतम पाल कोट भाई क्या उन्होंने काम किए हैं हलके में क्या कुछ विकास हुआ है जनता जो है वो इस बार क्या माहौल बना रही है पंजाब में किस पार्टी को चाह रही है तमाम पार्टियां जो है वो चुनाव प्रचार में जुट गई है इस वक्त हम एक गांव में हैं और गांव में क्या माहौल बना है क्योंकि अमूमन हम देखते हैं गांव में लोग बैठे होते हैं खास करके पत्ते भी खेलते हैं और राजनीति की बातें ज़्यादातर यही होती है और यही जानने की हम कोशिश करेंगे कि इस बार जो है पंजाब में चुनाव को लेकर क्या माहौल बन रहा है हाँ जी क्या नाम आप मेरा नाम अवतार सिंह है जी ये बताइए कि इस हलके में कामवाम ठीक हुए हैं कुछ आपके गांव में कोई काम बस थोड़े सामने है जो कुछ सकते कोई देख ही सकदे हो तुम सानू तो कोई रिजल्ट लगया नहीं खास तौर पे किसानों दी कोई पार्टी नहीं किसानों दा कोई हों दर्द नहीं सारीयां पार्टियां रोटियां सेकदियां नहीं इस करके तो वैसे मोदी सरकार ने भी मान लिया कि तीनों कृषि कानून वापस हो गए वो कह रहे हैं कि हम तो मांगे मान रहे हैं नहीं मंगा मनन वाला कोई हल नहीं ना हो सकदा जेडी मांग मन ली ओकड़ा उन्हें सौखी मन ली एक सानू डेढ़ साल लग गया मंगा मन मौन ते ਉਦੋਂ ਬਾਅਦ ਹੁਣ ਤੁਸੀਂ ਐਂ ਲਾ ਲਓ ਵੀ ਕੋਈ ਸਾਡਾ ਐਮਐਸਪੀ ਨਹੀਂ ਜਿਹੜੀ ਚੀਜ਼ ਅਸੀਂ ਲੈਨੇ ਆ ਉਹਦਾ ਐਮਆਰਪੀ ਆ ਅਸੀਂ ਐਮਆਰਪੀ ਤੇ ਖਰੀਦਦੇ ਆ ਸਾਡਾ ਗਵਰਨਮੈਂਟ ਰੇਟ ਤੈਅ ਕਰਦੀ ਆ ਕੋਈ ਕਿਸਾਨਾਂ ਵਾਸਤੇ ਸੋਚਦੀ ਨਹੀਂ ਸਾਨੂੰ ਕੱਲੇ ਲਾਰੀ ਲਾਈ ਜਾਂਦੀ ਆ ਲਾਰੀ ਲਾਈ ਜਾਂਦੀ ਆ ਵੋਟਾਂ ਤੋਂ ਪਹਿਲਾਂ ਤੁਸੀਂ ਦੇਖ ਲਓ ਕਾਂਗਰਸ ਦੇ ਕੀ ਵਾਦੇ ਸੀ ਕਿਹੜਾ ਵਾਦਾ ਪੂਰਾ ਕਰਿਆ ਇਹਨਾਂ ਨੇ ਕੋਈ ਇੱਕ ਵਾਦਾ ਹੱਥ ਖੜਾ ਕਰਕੇ ਦੱਸ ਦੇਣ ਵੀ ਅਸੀਂ ਪੂਰਾ ਕਰਿਆ ਅਸੀਂ ਮੰਨ ਲਾਂਗੇ ਵੀ ਸਾਡੇ ਕੰਮ ਹੋਏ ਆ ਤੂੰ ਇਸ ਗੱਲ ਬਾਰੇ ਸਾਰੇ ਸੰਸਾਰ ਨੂੰ ਸਾਰੇ ਪੰਜਾਬ ਨੂੰ ਪਤਾ ਹੈ ਵੀ ਕੀ ਕੁਛ ਕਰ ਰਹੀ ਹੈ ਕਾਂਗਰਸ ਕਾਂਗਰਸ ਸਰਕਾਰ ਇਹ ਆਪਾਂ ਨੂੰ ਮੂਰਖ ਬਣਾਉਂਦਿਆ ਸਾਨੂੰ ਯੂਜ਼ ਕਰਦਿਆ ਵੋਟਾਂ ਵਾਸਤੇ ਵੱਡੇ ਵੱਡੇ ਵਾਦੇ ਕਰਦਿਆ ਅਸੀਂ ਇੱਕ ਗੱਲ ਕਹਿੰਦੇ ਆ ਜਿਹੜਾ ਇਹ ਚੋਣ ਮਨੋਰਥ ਪੱਤਰ ਬਣਾਉਂਦਿਆ ਉਹ ਲੀਗਲ ਹੋਣਾ ਚਾਹੀਦਾ ਡਾਕੂਮੈਂਟ ਵੀ ਜੇ ਸਰਕਾਰ ਨਹੀਂ ਕੋਈ ਵਾਦੇ ਪੂਰੇ ਕਰਦੀ ਤਾਂ ਉਹ ਸਰਕਾਰ ਦੁਬਾਰੇ ਵੋਟਾਂ 'ਚ ਖੜੀ ਹੋ ਨਹੀਂ ਸਕਦੀ ਨੰਬਰ 2 ਤੇ ਇਹ ਤੋਂ ਬਾਅਦ ਆਜੋ ਵੀ ਜਦੋਂ ਇਹ ਸਾਡੇ ਨਾਲ ਵਾਦੇ ਕਰਦਾ ਕੀ ਉਹਨਾਂ ਨੂੰ ਉਦੋਂ ਪਤਾ ਨਹੀਂ ਹੁੰਦਾ ਵੀ ਕੀ ਹੋਊਗਾ ਜਿਹੜੇ ਵਾਦੇ ਕਰਦਿਆ ਉਹਨਾਂ ਦਾ ਲਿਸਟ ਬਣਾਈ ਜਾਵੇ ਵੀ ਇਹਨਾਂ ਨੇ 25 ਵਾਦੇ ਕੀਤੇ ਆ 25 ਵਾਦਿਆਂ 'ਚੋਂ ਇਹਨਾਂ ਤੋਂ ਪਹਿਲੇ ਸਾਲ 10% ਕੰਮ ਲੈਣਾ ਐਸ ਹਾਲ 10-10% ਕੰਮ ਕਰਨ ਤਾਂ ਸਾਡੇ ਵਾਦੇ ਪੂਰੇ ਹੋ ਸਕਦੇ ਆ ਜਿੰਨਾ ਚਿਰ ਅਸੀਂ ਜਾਗਰਤ ਨਹੀਂ ਹੁੰਦੇ ਉਨਾ ਚਿਰ ਸਾਨੂੰ ਇਹ ਐਵੇਂ ਲੋਟੀ ਲੁੱਟਣਗੇ ਵੋਟਾਂ ਵੇਲੇ ਆਉਂਦਿਆ ਚਾਰ ਦਿਨ ਲਵਾਉਂਦੇ ਆ ਬਸ ਗੱਲ ਖਤਮ ਇਹ ਅਬ ਤੋਂ ਜਿਵੇਂ ਚੋਣ ਨਜ਼ਦੀਕ ਹੈ ਤਾਂ ਚੋਣ ਪ੍ਰਚਾਰ ਜੋਰੋ ਤੇ ਹੈ ਆਪਕੋ ਕੀ ਲੱਗਦਾ ਹੈ ਕਿ ਕੀ ਮਾਹੌਲ ਬਣ ਰਹਾ ਹੈ ਜਿਵੇਂ ਰਾਜਨੀਤੀ ਕੀ ਬਾਤਾਂ ਹੋਤੀ ਹੋਗੀ ਆਪਸ ਵਿੱਚ ਆਪ ਖਬਰਾਂ ਵੀ ਦੇਖਤੇ ਹੋਗੇ ਤਾਂ ਪੰਜਾਬ ਮੇਂ ਕੀ ਮਾਹੌਲ ਬਣ ਰਹਾ ਕੋਈ ਲੱਗ ਰਹਾ ਹੈ ਕਿ ਐਸੀ ਪਾਰਟੀ ਇਹ ਕਿਸੇ ਪਾਰਟੀ ਦੀ ਸਰਕਾਰ ਬਣਦੀ ਵੀ ਦਿਖਾਈ ਦੇ ਰਹੀ ਜੇ ਬਹੁਮਤ ਦੇ ਦਿਆ ਤਾਂ ਬਹੁਤ ਗਲਤ ਹੋ ਜਾਂਦਾ ਬਹੁਮਤ ਨਹੀਂ ਸਰਕਾਰ ਤਾਂ ਮਿਕਸ ਹੋਣੀ ਚਾਹੀਦੀ ਆ ਗਠਜੰਬੰਧਨ ਦੀ ਸਰਕਾਰ ਹੋਣੀ ਚਾਹੀਦੀ ਆ ਜਿਹੜੀਆਂ ਜਿੱਤ ਕੇ ਪਾਰਟੀਆਂ ਗਠਜੰਬੰਧਨ ਕਰਨ ਉਹਦੇ ਵਿੱਚ ਉਹਨਾਂ ਨੂੰ ਵਾਦੇ ਯਾਦ ਆਉਂਦੇ ਰਹਿੰਦੇ ਆ ਸਰਕਾਰ ਡਿੱਗਣ ਦਾ ਖਤਰਾ ਹੁੰਦਾ ਜਦੋਂ ਬਹੁਮਤ ਦੇ ਦਿੰਦੇ ਆ ਉਸ ਤੋਂ ਬਾਅਦ ਕੋਈ ਸਰਕਾਰ ਬਣ ਜੇ ਕੋਈ ਕੰਮ ਨਹੀਂ ਕਰੂਗੀ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਕਰੂ ਸੈਂਟਰ ਸਰਕਾਰ ਵੀ ਬਹੁਮਤ ਚ ਉਹ ਵੀ ਆਪਣੀ ਮਨਮਾਨੀ ਕਰਦੀ ਆ ਪੰਜਾਬ ਸਰਕਾਰ ਬਹੁਤ ਮਤਜ ਵਿੱਚ ਸੀ ਕਿ ਇਹ ਵੀ ਆਪੋ ਆਪਦੀ ਮਨਮਾਨੀ ਕਰਦੀ ਸੀ ਕਿਉਂਕਿ ਇਹਨਾਂ ਨੂੰ ਸਰਕਾਰ ਡਿੱਗਣ ਦਾ ਖਤਰਾ ਨਹੀਂ ਵੀ 5 ਸਾਲਾਂ ਤੋਂ ਪਹਿਲਾਂ ਸਾਡੀ ਸਰਕਾਰ ਡਿੱਗ ਜੂ 5 ਸਾਲ ਇਹ ਲੁੱਟ ਦਿਆ ਉਸ ਤੋਂ ਬਾਅਦ ਵੋਟਾਂ ਦੇ ਨੇੜੇ ਆ ਕੇ ਵਾਅਦੇ ਕਰ ਲੈਂਦੇ ਆ ਦੂਜੀ ਸਰਕਾਰ ਕਹੀ ਜਾਂਦੇ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਜਦੋਂ ਖਜ਼ਾਨੇ 'ਚ ਕੁਝ ਹੈ ਹੀ ਨਹੀਂ ਫਿਰ ਵਾਅਦੇ ਕਿਉਂ ਕਰਦੇ ਹੋ ਜਦੋਂ ਕਿ ਇਹ ਪਾਰਟੀ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਖਜ਼ਾਨੇ ਦੇ ਵਿੱਚ ਕੁਝ ਨਹੀਂ ਹੈਗਾ ਚਲਾਉਣ ਵਾਸਤੇ ਨੀਅਤ ਸਾਫ਼ ਚਾਹੀਦੀ ਆ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈਗੀ ਜਿਹੜੀ ਮੇਨ ਪ੍ਰੋਬਲਮ ਆਉਂਦੀ ਆ ਇਹਨਾਂ ਦੀ ਨੀਅਤ ਸਾਫ਼ ਨਹੀਂ ਇਹਨਾਂ ਦੇ ਵਾਅਦੇ ਤਾਂ ਇਹ ਖਰਾ ਉਤਰਨਾ ਚਾਹਣ ਨਾ ਸਰਕਾਰ ਤੁਹਾਨੂੰ ਕੀ ਲੱਗਦਾ ਹੈ ਕਿਸ ਕਿਸ ਦਾ ਗਠਬੰਧਨ ਹੋਣਾ ਚਾਹੀਏ ਚੋਣਾਂ ਦੇ ਬਾਅਦ ਆਪ ਕਹਿ ਰਹੇ ਕਿ ਗਠਬੰਧਨ ਹੋ ਪਹਿਲੇ ਨਾ ਹੋ ਹਣਾ ਪਹਿਲੇ ਜਿਹੜਾ ਪਹਿਲਾ ਗਠਬੰਧਨ ਕਰ ਦਿਆ ਉਹ ਤਾਂ ਫਿਰ ਬਹੁਮਤ ਹੀ ਹੋ ਗਿਆ ਉਹਨਾਂ ਕੋਲੇ ਚੋਣਾਂ ਤੋਂ ਜਿੱਤਣ ਤੋਂ ਬਾਅਦ ਬਹੁਮਤ ਨਾ ਹੋਵੇ ਨਾ ਇਹਨਾਂ ਨੂੰ ਸੀਟਾਂ ਲੈਣੀਆਂ ਪੈਣ ਦੂਜੇ ਪਾਸਿਓਂ ਫਿਰ ਇਹਨਾਂ ਨੂੰ ਖਤਰਾ ਹੁੰਦਾਗਾ ਪੋਲਿਟੀਸ਼ੀਨ ਨੂੰ ਵੀ ਆਪਣੀ ਕੁਰਸੀ ਡਿੱਗ ਸਕਦੀ ਆ ਹੁਣ 5 ਸਾਲ ਦੇ ਵਿੱਚੋਂ ਹੁਣ ਕਾਂਗਰਸ ਸਰਕਾਰ ਆ ਸਿਰਫ 2 ਮਹੀਨਿਆਂ ਦਾ 3 ਮਹੀਨਿਆਂ ਦਾ ਆਪਦਾ ਕਰੀ ਜਾਂਦੇ ਸਾਨੂੰ ਤਾਂ 3 ਮਹੀਨੇ ਹੋਇਆ ਪਹਿਲਾਂ ਦਾ ਕੈਪਟਨਸੀ ਸਰਕਾਰ ਸਰਕਾਰ ਤਾਂ ਇਹਨਾਂ ਦੀ ਸੀ ਨਾ ਕਾਂਗਰਸ ਦੀ ਸਰਕਾਰ ਸੀ ਚੰਨੀ ਕੈਪਟਨ ਦਾ ਤਾਂ ਕੋਈ ਮਸਲਾ ਨਹੀਂ ਅੱਜ ਅੱਜ ਦੀ ਘੜੀ ਇਹ ਕਹਿ ਰਹੇ ਆ ਵੀ ਉਹ ਤਾਂ ਜੀ ਕੈਪਟਨ ਰਲਿਆ ਵਾਸੀਂ ਆਏ ਸੀ ਵੀ ਸਾਨੂੰ 4 ਸਾਲ ਪਹਿਲਾਂ ਤੁਸੀਂ ਚੁੱਪ ਕਰਕੇ ਬੈਠ ਰਹੇ ਹੋ ਉਦਦੇ ਦੇ ਤੁਸੀਂ ਰੌਲਾ ਨਾ ਪਾਇਆ ਤੁਹਾਡਾ ਸੰਗਠਨ ਆ ਤੁਸੀਂ ਉਸ ਨੂੰ ਕੁਰਸੀ ਤੋਂ ਲਾ ਕੇ ਪਹਿਲਾਂ ਵੀ ਪਾਸੇ ਕਰ ਸਕਦੇ ਸੀ ਕਿਉਂ ਹੁਣ ਕਿਉਂ ਕਰਿਆ ਮੇਨ ਇਹ ਆ ਵੀ ਨੀਅਤ ਸਾਫ ਨਹੀਂ ਵੀ ਆਪਾਂ ਸਾਰਾ ਕੁਝ ਕੈਪਟਨ ਤੇ ਢਾਲ ਦਿਓ ਅੱਜ ਚੰਨੀ ਨੂੰ ਕਰ ਲੋ ਕੱਲ ਨੂੰ ਚੰਨੀ ਤੇ ਢਾਲ ਕੇ ਨਮਾ ਕਰ ਲੋ ਬੰਦਾ ਨਮਾ ਕਰ ਲੈਂਦੇ ਆ ਇਹ ਮੂਰੇ ਲੀਡਰ ਗੱਲ ਕਰ ਇਹ ਕਰ ਨਹੀਂ ਰਹੇ ਕੰਮ ਨਹੀਂ ਕਰਨਾ ਉਹ ਉਹਨਾਂ ਨੇ ਤਾਂ ਜਿਵੇਂ ਚੰਨੀ ਜਦੋਂ ਸੇ ਮੁੱਖ ਮੰਤਰੀ ਬਣੇ ਆ ਤਦ ਸੇ ਕਹਿ ਰਹੇ ਕਿ ਅੰਮਨੇ ਤੋਂ ਬਿਜਲੀ ਵਾਲਾ ਜੋ ਐਲਾਨ ਕੀਤਾ ਕਿ ਬਿਜਲੀ ਦੇ ਬਿੱਲ ਮਾਫ ਹੋਗੇ ਤਾਂ ਆਪਕੇ ਯਾ ਹੋਏ ਆਂ ਕੀ ਸਾਨੂੰ ਮਾਫ ਬਿੱਲ ਦੀ ਕੋਈ ਲੋੜ ਨਹੀਂ ਜਿਹੜੀ 10 ਰੁਪਏ ਜੁਨਟ ਆਉਂਦੀ ਉਹ ਸਾਨੂੰ 4 ਰੁਪਏ ਆਵੇ ਜਦੋਂ ਜਦੋਂ ਇਹਨਾਂ ਨੂੰ ਜੁਨਟ ਥਰਮਲ ਪਲਾਟ 2.5 ਰੁਪਈਆ ਚ ਤਿਆਰ ਕਰਕੇ ਦਿੰਦੇ ਆ ਜਦੋਂ 2 ਰੁਪਏ ਚ ਤਿਆਰ ਕਰਕੇ ਦਿੰਦੇ ਆ ਅੱਜ ਇਹ ਸਾਨੂੰ 10 ਰੁਪਏ ਜੁੰਟ ਦੇ ਰਹੇ ਆ ਖਰਚਾ ਪਾ ਕੇ ਕਿਉਂ ਅਸੀਂ ਸਸਤੀ ਤੋਂ ਕੀ ਕਰਾਵਾਂਗੇ 100 ਜੁੰਟ ਸਾਨੂੰ ਮੁਫਤ ਦਿੱਤੀ 300 ਜੁੰਟ ਦਾ ਸਾਥ ਹੁਣ 10 ਰੁਪਏ ਲੈ ਰਹੇ ਆ ਜੇ ਸਾਨੂੰ 4 ਰੁਪਏ ਜਾਂ 3 ਰੁਪਏ ਦੇਣ ਤਾਂ ਸਾਰੀ ਦਾ ਵੀ ਸਾਨੂੰ ਉਹਨਾਂ ਬਿੱਲ ਨਹੀਂ ਹੁੰਦਾ ਜਿੰਨਾ ਸਾਥੋਂ 100 ਜੁੰਟ ਦਾ ਲੈ ਜਾਂਦੇ ਆ ਇਹ ਇਸ ਕਰਕੇ ਅਸੀਂ ਮੁਫਤ ਦੇ ਹੱਕ 'ਚ ਨਹੀਂ ਹੈਗੇ ਅਸੀਂ ਪੈਸੇ ਦੇਣ ਦੇ ਹੱਕ 'ਚ ਆ ਸਾਨੂੰ ਚੀਜ਼ ਜਾਇਜ਼ ਮਿਲੇ ਕੋਈ ਵੀ ਚੀਜ਼ ਖਰੀਦ ਕੇ ਜਾਇਜ਼ ਰੇਟ ਤੇ ਮਿਲੇ ਧੰਨਵਾਦ ਹਾਂਜੀ ਵੀ ਇਹ ਤਾਂ ਕਹਿ ਰਹੇ ਕਿ ਮਿਕਸ ਹੋਣਾ ਚਾਹੀਏ ਗਠਬੰਧਨ की सरकार चुनाव के बाद गठबंधन हो यानी दो पार्टियां एक साथ सरकार बनाए वो भी चुनाव के बाद आपको क्या लगता है सही गल आई जी चुनाव तो बाद ही गठबंधन होना चाहिए जी हाँ जी आप किसी पार्टी कोई सहमत नहीं ये जो तमाम जो वादे कर रहे हैं गारंटियां दे रही है इन पर कुछ लगता है कि कोई पूरे करने वाले भी हैं नहीं नहीं जी कोई पूरे करने कुछ नहीं लगता जी गारंटी का कोई नहीं दे सकता जी इस गल हाँ जी आप हक ही नहीं है पिछली बार यहाँ से कांग्रेस जीती इस बार क्या लग रहा है कोई है किसी दूसरी पार्टी का जिक्र हो रहा है नहीं है जी तो फिलहाल कुछ भी नहीं हो रहा जी नहीं हूं ते किसाना की कोई पार्टी जी आदेश सहमत है नहीं, नहीं। तो है। नहीं, नहीं जी किसानों ने तो ये कहा है संयुक्त किसान मोर्चा भी ये कहता रहा है कि हम पार्टी नहीं बनाएंगे और ना ही राजनीति में आएंगे बस ठीक है जी राजनीति में नहीं आएंगे हम भी कुछ नहीं हम भी वैसे ही रहेंगे जी किसी को वोट तो डालना ही पड़ेगा वोट डालेंगे नहीं जरूरी थोड़ी है वोट डालना है वोट तो जरूर डालना चाहिए आप जो है क्योंकि एक ऑप्शन जो है नोटा का भी है उसके अंदर अगर आपको कोई उम्मीदवार पसंद नहीं आ रहा तो आप वो भी दबा सकते हैं ना जी बस नोट कर देंगे जी और कोई हल नहीं बुजुर्ग आप बताइए आप तो काफी चुनाव देख चुके हैं अकाली दल की भी सरकार देखी कांग्रेस की भी देखी इस बार किसकी बना रहे हो ऐसा क्यूँ बस तुम दस आम पार्टी वाले बंदे ये तो कह रहे हैं की गठबंधन की होनी चाहिए

ਨਹੀਂ ਦੇ ਰਹੀ ਸਰਕਾਰ ਤਾਂ ਕੀ ਕਰਨਗੇ ਪੱਤੇ ਹੀ ਖੇਲਣਗੇ ਅੱਛਾ ਆਪ ਬਤਾਈਏ ਕੀ ਲੱਗ ਰਿਹਾ ਹੈ ਕੀ ਮਾਹੌਲ ਅੱਛਾ ਐਸਾ ਕਿਉਂ ਨੇ ਬਹੁਮ ਦਿੱਲੀ ਦੇ ਵਿੱਚ ਕੰਮ ਕੀਤੇ ਹੋਏ ਆ ਜੀ ਬਾਕੀ ਆਏ ਆ ਜੀ ਤੀਜੀ ਪਾਰਟੀ ਆਉਗੀ ਕੋਈ ਆਸ ਹੁੰਦੀ ਹੈ ਬੰਦੇ ਨੂੰ ਵੀ ਕੋਈ ਨਿਆ ਬੰਦਾ ਆਵਗਾ ਤੇ ਕੁਝ ਲੈ ਕੇ ਆਊਗਾ ਹੋਰ ਜੀ ਸਾਨੂੰ ਕੋਈ ਕੰਮ ਹੋਣੇ ਚਾਹੀਦੇ ਸਾਨੂੰ ਸਾਨੂੰ ਕੋਈ ਇਹਨਾਂ ਤੋਂ ਐ ਨਹੀਂ ਵੀ ਸਾਨੂੰ ਆ ਇਹ ਦਿੰਦੇ ਸਕੀਮ ਦਿੰਦੇ ਕੋਈ ਸਾਨੂੰ ਭੀਖ ਨਹੀਂ ਚਾਹੀਦੀ ਰਜਗਾਰ ਚਾਹੀਦਾ ਸਾਨੂੰ ਅਸੀਂ ਆਪ ਦਾ ਕਰਾਂਗੇ ਸਾਨੂੰ ਕੋਈ ਫਰੀ ਚ ਕੁਝ ਨਹੀਂ ਚਾਹੀਦਾ ਫਰੀ ਚ ਨਹੀਂ ਚਾਹੀਦਾ ਹਾਂ ਤਾਂ ਇਹ ਫਰੀ ਵਾਲੇ ਜੋ ਵਾਦੇ ਹੈ ਉਹ ਹਟਾ ਦੇ ਔਰ ਕੋਈ ਕੰਮ ਕੀ ਬਾਤ ਕਰੇ ਹਾਂਜੀ ਰੋਜ਼ਗਾਰ ਕੀ ਬਾਤ ਕਰੇ ਠੀਕ ਹੈ ਆਪ ਵੀ ਆਪ ਬਤਾ ਦਿਓ ਰੋਜ਼ਗਾਰ ਚਾਹੀਏ ਗਾਰੰਟੀ ਫਰੀ ਵਾਲੀ ਨਹੀਂ ਚਾਹੀਏ ਨਹੀਂ ਸਹੀ ਗੱਲ ਹੈ ਜੀ ਆਵਾਂ ਦੀ ਪਾਰਟੀ ਚਾਹੀਦੀ ਆ ਅਸੀਂ ਦਿੱਲੀ ਬਹੁਤ ਕੰਮ ਕੀਤਾ ਇਹਨਾਂ ਦੋਨਾਂ ਪਾਰਟੀਆਂ ਨੂੰ ਦੇਖ ਕੇ ਬਹੁਤ ਟਾਈਮ ਹੋ ਗਿਆ ਬਿਕੋਜ਼ ਵੀ ਨਹੀਂ ਕੀਤਾ ਇਹਨਾਂ ਨੇ

तो कर रही नहीं कुछ भी नहीं किया जमा हो गए बात कर लेते है आपसे तो हो गई थी आप बताइए क्या माहौल बन रहा है चुनाव को लेकर गाँव में माहौल तो देख लो पानी माहौल ठीक अच्छा है किस पार्टी का लग रहा है मैं तो से पार्टी का नहीं। नूटल? नूटल। फिर भी माहौल तो देखते ही होंगे लोगों से बातें करते हैं चार लोग में से कोई दो के फेवरे में बोलेगा तो आपको लगेगा कि ये माहौल तो नहीं जो तमाम पार्टियां वादे कर रही है इन पे मैं कुछ दिख रहा है नहीं नहीं दिख रहा है हाँ जी भाई साहब आपको क्या लगता है क्या माहौल बन रहा है चुनाव के लिए माहौल लोगों ने दिल्ली जित ली है जितने जिम्मे सिंगर लोबीठी होगी ਇਸ ਸਾਡੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਅਸੀਂ ਵੀ ਇਹਨਾਂ ਨੂੰ ਅਪੀਲ ਇਹੀ ਕਰਦੇ ਫਿਰਦੇ ਆ ਵੀ ਤੁਸੀਂ ਦਿੱਲੀ ਜਿੱਤ ਲਈ 19 ਵਾਰ ਦਿੱਲੀ ਸਾਡੇ ਬਜ਼ੁਰਗਾਂ ਨੇ ਜਿੱਤੀ ਸੀ ਤੇ 20ਵੀਂ ਵਾਰ ਅਸੀਂ ਜਿੱਤੀ ਆ ਸਾਡੇ ਬਜ਼ੁਰਗਾਂ ਦੇ ਨਾਲ ਯੂਥ ਨੇ ਰਲ ਕੇ ਤੇ ਜੇ ਇਸ ਵਾਰ ਵੀ ਅਸੀਂ ਦਿੱਲੀ ਜਿੱਤ ਕੇ ਆ ਕੇ ਉਹੀ ਰਬੇਤੀ ਪਾਰਟੀਆਂ ਦੇ ਝੋਲੀ ਚ ਡਿੱਗ ਪਏ ਤੇ ਫਿਰ ਸਾਡਾ ਦਿੱਲੀ ਦੇ ਉੱਤੇ ਪਿੰਡੇ ਖਸੌਣ ਦਾ ਕੋਈ ਫਾਇਦਾ ਨਹੀਂ ਹੈਗਾ ਦਿੱਲੀ 'ਚ ਅਸੀਂ ਪੋ ਦੇ ਵਿੱਚ ਠੰਡ ਵੀ ਕੱਟੀ ਆ ਤੇ ਹਾਰਡ ਦੇ ਵਿੱਚ ਗਰਮੀ ਵੀ ਹਨਾ ਤੇ ਫਿਰ ਉੱਥੇ ਸਾਡੇ ਬਜ਼ੁਰਗ ਵੀ ਸਾਡੇ ਕਿਸਾਨ ਵੀ ਸ਼ਹੀਦ ਹੋਗੇ ਸਾਡੇ ਮਜ਼ਦੂਰ ਵੀ ਸ਼ਹੀਦ ਹੋਗੇ ਤੇ ਜਦੋਂ ਅਸੀਂ ਇੰਨੀਆਂ ਜਾਨਾਂ ਦੇ ਕੇ ਤੇ ਅੱਜ ਵੀ ਆ ਕੇ ਉਹ ਰਵਾਇਤੀ ਪਾਰਟੀਆਂ ਦੇ ਝੋਲੀ ਚ ਡਿੱਗ ਪਏ ਫੇਰ ਸਾਡਾ ਕੋਈ ਫਾਇਦਾ ਨਹੀਂ ਲੋਕ ਆਪ ਦੀ ਸਰਕਾਰ ਬਣਾਉਣਗੇ 101% ਬਣਾਉਣਗੇ ਆਮ ਆਦਮੀ ਪਾਰਟੀ ਹਾਂਜੀ ਆਮ ਆਦਮੀ ਪਾਰਟੀ ਨਹੀਂ ਆਮ ਆਦਮੀ ਪਾਰਟੀ ਵੀ ਤਾਂ ਇੱਕ ਆਪ ਦੀ ਸਰਕਾਰ ਬਣਾਉਣੇ ਪਾਰਟੀ ਨੂੰ ਸਾਡੇ ਲੋਕਾਂ ਨੇ ਬਦਲਾ ਦੇ ਖਾਤਰ ਪਿਛਲੀ ਵਾਰ ਵਿਧਾਨ ਸਭਾ ਦੇ ਵਿੱਚ 22 ਐਮਐਲਏ ਭੇਜੇ ਉਹਨੇ ਕੀ ਮੁੱਦੇ ਚੱਕਿਆ ਹੁਣ ਬਰਸ਼ਾਤੀ ਡੜੂ ਬਾਹਰ ਨਿਕਲੇ ਹੁਣ ਕਹਿੰਦੇ ਅਸੀਂ ਐਂ ਕਰਾਂਗੇ ਅਸੀਂ ਉਹ ਕਰਾਂਗੇ ਇੱਕ ਨੇ ਤਾਂ ਸੁਖਵੀਰ ਤੋਂ ਜਾ ਕੇ 사ਗਨ ਲਈ ਇੱਕ ਜਾ ਕੇ ਲਈ ਉਹਦੇ ਤੋਂ ਕੈਪਟਨ ਤੋਂ ਤੇ ਸਾਡੇ ਮੁੱਦੇ ਕਿਹੜੇ ਚੱਕੇ ਸੀ ਸੱਤ ਵਿਧਾਇਕ ਤੋਂ ਚਲੇ ਗਏ ਨਾ ਸੱਤ ਵਿਧਾਇਕ ਚਲੇ ਗਏ ਦੂਸਰੇ ਵੀ ਜਾਣਗੇ ਪੰਜਾਬ ਕੋਈ ਵੀ ਜੰਗ ਉੱਠੀ ਆ ਪੰਜਾਬ ਚ ਉੱਠੀ ਆ ਇਸ ਵਾਰ ਪੰਜਾਬ ਨੂੰ ਜਿਤਾਉਣ ਲਈ ਲੋਕ ਬੇਤਾਬ ਆ ਇਹਨਾਂ ਨੂੰ ਲੋਕਾਂ ਦੇ ਖਾਤਰ ਵਿਕਲਪ ਚਾਹੀਦਾ ਤੇ ਉਹ ਵਿਕਲਪ ਲੈ ਕੇ ਆਉਣਗੇ ਜਿਵੇਂ ਸਿੰਗਰ ਲੋਬੀਆਂ ਹੋ ਗਈਆਂ ਲੋਕ ਅਦਿਕ ਸਿੰਗਰ ਤੋਂ ਜਿਵੇਂ ਸਿੰਗਰ ਹੈ ਤਾਂ ਸਿੰਗਰ ਤਾਂ ਕਾਂਗਰਸ ਵਿੱਚ ਵੀ ਜਾ ਰਹੇ ਆ ਜਿਹੜੇ ਉਹ ਸਿੰਗਰ ਜਾ ਰਹੇ ਆ ਨਾ ਉਹ ਤਾਂ ਇੱਕ ਘੰਟੇ ਚ ਤਾਂ ਉਹ ਭਾਜਪੀ ਸੀ ਤੇ ਘੰਟੇ ਬਾਅਦ ਉਹ ਕਾਂਗਰਸ ਚ ਸੀ ਉਹਨਾਂ ਦਾ ਵजूद ਹੈ ਕੋਈ ਕੁਝ ਨਹੀਂ ਹੈਗਾ ਲੱਗਦਾ ਕਿ ਨਏ ਯੁਵਾ ਜੋ ਹੈ ਚਾਹੇ ਉਹ ਸਿੰਗਰ ਲੋਬੀ ਹੈ ਜਾਂ ਕਿਸਾਨ ਜੋ ਹੈ ਉਹ ਮਿਲ ਕੇ ਜੋ ਹੈ ਨਈ ਪਾਰਟੀ ਬਣਾਏ ਜਾਂ ਨਿਆ ਬਦਲਾਅ ਲੈ ਕੇ ਆਏ ਹਨ ਆਉਣਗੇ ਜਰੂਰ 101% ਆਉਣਗੇ ਹਾਂਜੀ ਆਪ ਯੂਆ ਹੈ ਆਪਕੋ ਕੀ ਲੱਗਦਾ ਹੈ ਇਹ ਤਾਂ ਕਹਿ ਰਹੇ ਕਿ ਸਿੰਗਰ ਲੋਬੀ ਕੁਝ ਕਰੇਗੀ ਹਾਂ ਅਮੀ ਤੋਜ ਮਾਨਰ ਕੇ ਬੱਬੂ ਮਾਨਰ ਕੇ ਇੱਕ ਪ੍ਰੈਸ਼ਰ ਗਰੁੱਪ ਬਣਾ ਰਹੇ ਹੈ ਇੱਕ ਅਜੰਡਾ ਤਾਂ ਹੋਣਾ ਚਾਹੀਦਾ ਨਾ ਉਹਨਾਂ ਕੋ ਪੰਜਾਬ ਕਾ ਅਜੰਡਾ ਤਾਂ ਉਹਨਾਂ ਨੇ ਦਿਆ ਹੈ ਨਾ ਪੰਜਾਬ ਕਾ ਅਜੰਡਾ ਤਾਂ ਉਹਨਾਂ ਨੇ ਦਿੱਤਾ ਹੀ ਆ ਹੁਣ ਦੇਖ ਲਓ ਸਾਡੇ ਹਾਲਾਤ ਕੀ ਬਣੇ ਪਏ ਆ ਪੰਜਾਬ ਸਰ ਪੌਣੇ 3 ਲੱਖ ਰੋਡ ਦਾ ਕਰਜ਼ਾ ਹੋ ਗਿਆ ਕੋਈ ਸਿਸਟਮ ਨਹੀਂ ਕੋਈ ਪੰਜਾਬ ਵਾਸਤੇ ਲਿਮਟ ਹੁੰਦੀ ਹੈ ਜੀ ਡੀ ਪੀ ਦਾ ਮੰਨ ਲਓ 3% ਉਹ ਤੋਂ ਲਿਮਟ ਤੋਂ ਉੱਪਰ ਚੱਕ ਲਿਆ 5% ਚੱਕ ਲਿਆ ਕੈਪਟਨ ਕੈਪਟਨ ਜਾਵੜਾ ਅਮੀਸ਼ਾ ਕੋਲੇ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਜਾਵੜਾ ਜਿਹੜਾ ਕਹਿੰਦਾ ਪੀਪਾ ਮੰਤਰੀ ਕਹਿ ਦਿੰਦੇ ਆ ਸਾਡੇ ਪੰਜਾਬ ਵਾਲੇ ਤੇ ਉਹ ਜਾਵੜੇ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਵੀ ਸਾਨੂੰ ਅਸੀਂ ਤੁਹਾਡੇ ਮੂਰੇ ਹੱਥ ਬਣਦੇ ਆ ਵੀ ਸਾਡੇ ਪੰਜਾਬ ਨੂੰ ਕਰੋਨਾ ਦੇ ਵਿੱਚ 5% ਕਰਜ਼ਾ ਚੱਕ ਲਿਆ ਕਿਸੇ ਕੋਲ ਕੋਈ ਜੰਡਾ ਹੈ ਨਹੀਂਗਾ ਕੋਈ ਏਜੰਡਾ ਤਾਂ ਹੋਣਾ ਚਾਹੀਦਾ ਨਾ ਸਾਡਾ ਪੰਜਾਬ ਇੱਥੇ ਦਾ ਬੰਦਾ ਗੱਡਿਆ ਹਰਾ ਹੁੰਦਾਗਾ ਇੰਨਾ ਸਾਡਾ ਸਾਰਾ ਜੂਤਬਾਰ ਨੂੰ ਜਾ ਰਿਹਾਗਾ ਉਹਨਾਂ ਕੋਲੇ ਕੋਈ ਜੌਬ ਨਹੀਂ ਕੋਈ ਸਿਸਟਮੀ ਹੈ ਨਹੀਂਗਾ ਕੋਈ ਸਿਸਟਮ ਤਾਂ ਬਣਾਉਣਾ ਪਊਗਾ ਨਾ ਪਰ ਉਹਦੇ ਵਿੱਚ ਜਥੇਬੰਦੀਆਂ ਕਰ ਰਹੀਆਂ ਲੋਕਾਂ ਨੂੰ ਜਥੇਬੰਦੀਆਂ ਤੇ ਆਸ ਆ ਵੀ ਕੁਝ ਜਥੇਬੰਦੀਆਂ ਕਰਨ ਜਥੇਬੰਦੀਆਂ ਕੰਨੀ ਨਿਗਰ ਰੱਖ ਰਿਆ ਅਸੀਂ ਦਿੱਲੀ ਜਿੱਤ ਲਈ ਦਿੱਲੀ ਜਿੱਤਣ ਤੋਂ ਕੀ ਫਾਇਦਾ ਹੋਇਆ ਦਿੱਲੀ ਜਿੱਤੀ ਆ ਪੰਜਾਬ ਨੇ ਬਹੁਤ ਵਾਰੀ ਜਿੱਤੀ ਆ ਜੱਸਾ ਸਿੰਘ ਭਗੇੜ ਆਰਗੇ ਬਾਬਾ ਜੀ ਆਰਗੇ ਨੇ ਜੱਸਾ ਸਿੰਘ ਆਰਮਗੜੀ ਆਰਗੇ ਨੇ ਬਾਬਾ ਜੀ ਨੇ ਜਿੱਤੀ ਆ ਪੰਜਾਬ ਨੂੰ ਗਲਤ ਆ ਇਹ ਨਾ ਪੰਜਾਬ ਕੋਲੇ ਕੋਈ ਏਜੰਡਾ ਦਾ ਹੋਵੇ ਨਾ ਪੰਜਾਬ ਪੰਜਾਬ ਕੋਲੇ ਆਪਦੀ ਬਹੁਤ ਸ਼ਮਤਾ ਇਹਨਾਂ ਨੂੰ ਸਰੋਤ ਆ ਇਹਨਾਂ ਕੋਲੇ ਆਪਣੇ ਰੇਤਾ ਬੱਜਰੀ ਸਾਰਾ ਕੁਝ ਟਰਾਂਸਪੋਰਟ ਇਹਨਾਂ ਨੇ ਸਾਰਾ ਪ੍ਰਾਈਵੇਟ ਕਰਤਾ ਇਹ ਸਰਕਾਰੀ ਹੋਣਾ ਚਾਹੀਦਾ ਤਾਂ ਤੋ ਚਨਜੀਤ ਸਿੰਘ ਚੰਨੀ ਜਦੋਂ ਸੇ ਮੁੱਖ ਮੰਤਰੀ ਬੋਲੇ ਬਨੇ ਆ ਉਹ ਕਹ ਰਹੇ ਕਿ 5 ਰੁਪਏ ਮਿਲ ਰਹਾ ਸਰ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਨਾ ਕੀ ਹਾਲਾਤ ਹੈ ਗਰਾਊਂਡ ਲੈਵਲ ਤੇ ਦੇਖੋ ਕਹਿੰਦੇ ਕਿ ਵਹਾਂ ਸੇ ਜਦ ਲੈ ਕੇ ਆਓਗੇ ਤਬ ਦੁਕਾਨਦਾਰ ਤੋ ਦੇਖੀ ਅਬ ਲੈ ਕੇ ਆਏਗਾ ਮੈਂ ਸੁਣ ਚਨਜੀਤ ਚੰਨੀ ਬਾਰੇ ਦੱਸਦਾ ਚਨਜੀਤ ਚੰਨੀ ਜਿਹੜੇ ਕੋਲੇ ਜਾਵ ਡਿੰਦਾਗਾ ਆ ਅਸੀਂ ਮੈਂ ਤੁਹਾਡੇ ਕੋਲ ਖੜਾ ਜਾਵੜੇਨ ਦਾ ਪੱਠਿਆਂ ਵਾਲੇ ਕੋਲੇ ਆਜੋ ਮੈਨੂੰ ਚਰੀ ਵੱਢਣੀ ਆਉਂਦੀ ਅੱਜ ਮੰਜਾਂ ਵਾਲੇ ਕੋਲੇ ਖੜ ਜਾਂਦਾ ਮੈਂ ਦੌਣ ਪਾ ਦੇਣਾ ਮੈਂ ਐ ਕਰ ਦੇਣਾ ਜਿਹਦੇ ਕੋ ਮਰਜੀ ਰੱਖਸ਼ਾ ਵਾਲੇ ਕੋਲ ਜਾਵੜੇ ਮੈਂ ਰੱਖਸ਼ਾ ਚਲਾਇਆ ਜਾਉ ਕਿਤਾ ਉਹਨੇ ਲੈਣਾ ਕੀ ਉਹਦਾ ਕੋਈ ਸਿਸਟਮ ਹੀ ਨਹੀਂ ਉਹ ਆਮ ਆਦਮੀ ਦਾ ਤਾਂ ਬੰਦਾ ਹੀ ਹੈ ਨਹੀਂ ਬੰਦੇ ਵਿਸ਼ਵਾਸ ਕੀਤੇ ਕਰਨ ਇਹਨਾਂ ਕੋਲੇ ਤਾਂ ਪਹਿਲੀ ਗੱਲ ਤੱਕ ਕਿਸੇ ਕੋਲ ਪਾਵਰ ਹੀ ਹੈ ਨਹੀਂ ਵੀ ਕੋਈ ਨੁਮਾਇੰਦਾ ਚੁਣੂਗਾ ਇੱਕ ਪਹਿਲਾਂ ਕੇਜਰੀਵਾਲ ਚੋਂਦਾਗਾ ਇੱਕ ਕੈਪਟਨ ਸਾਹਿਬ ਚੋਂਦੇ ਆਗੇ ਇੱਕ ਬਾਦਲ ਚੋਂਦਾਗਾ ਇੱਕ ਬੀਜੇਪੀ ਚੋਂਦੀ ਆ ਉਹਨਾਂ ਨੂੰ ਪਹਿਲਾਂ ਐ ਕਹਿਣਾ ਪੈਂਦਾ ਸੀ ਤੇਰੇ ਆ ਬਾਪੂ ਕਰੋੜ ਰੁਪਇਆ 2 ਕਰੋੜ ਜਾਂ 5 ਕਰੋੜ ਉਹਨਾਂ ਨੂੰ ਸਿੱਟਣਾ ਪੈਂਦਾਗਾ ਉਹ ਸਾਡੇ ਕੋ ਬੰਨਗੇ ਉਹਨਾਂ ਦੇ ਬੰਨਗੇ ਸਾਡੇ ਕੋ ਬੰਨਗੇ ਉਹ ਉਹ ਤਾਂ ਬੰਨਨਗੇ ਨਹੀਂ ਸਾਡੇ ਫੇਰ ਕੀ મતਲਬ ਆਪਕੋ ਲੱਗਦਾ ਜੈਸੇ ਸਿੰਗਰ ਕੀ ਆਪਨੇ ਬਾਤ ਕੀ ਬਬੂਮਾਨ ਕੀ ਬਬੂਮਾਨ ਤਾਂ ਭਗਵੰਤਮਾਨ ਕੇ ਵੀ ਬੜੇ ਅੱਛੇ ਦੋਸਤ ਹੈ ਐਸਾ ਤਾਂ ਨਹੀਂ ਹੈ ਕਿ ਸਾਰੇ ਸਿੰਗਰ ਮਿਲ ਕੇ ਜੋ ਹੈ ਕਿਆਮ ਆਦੀਮ ਪਾਰਟੀ ਕੀ ਤਰਫ ਵੀ ਵੱਟ ਜਾਏ ਉਹ ਇੱਕ ਏਜੰਡਾ ਰੱਖ ਰਿਹਾ ਨਾ ਉਹ ਉਹ ਇੱਕ ਏਜੰਡਾ ਰੱਖ ਰਿਹਾ ਲੋਕਾਂ ਨੂੰ ਦੱਸ ਰਿਹਾ ਸਾਨੂੰ ਮੰਗਣਾ ਕੀ ਹੈ ਸਾਨੂੰ ਤਾਂ ਇਹਨਾਂ ਨੇ ਕਹਿਦਾ ਵੀ 1000 ਰੁਪਇਆ ਦੇਵਾਂਗੇ ਕਿਉਂ ਸਾਡੇ ਲੇਡੀਜ਼ ਨੂੰ ਕਹਿਤਾ ਉਹਨਾਂ ਨੇ ਵੋਟਾਂ ਦੀ ਖਾਤਰ ਜਿਹੜੇ 18 ਥੱਲੇ ਉਹ ਤੇ ਉਹਨਾਂ ਨੂੰ ਕਿਉਂ ਨਹੀਂ ਕੀਤਾ ਉਹਨਾਂ ਨੂੰ ਵਾਧੇ ਜ਼ਰੂਰਤ ਹੈ ਨਸ਼ੇ ਦਾ ਕੋਈ ਸਿਸਟਮ ਨਹੀਂ ਮਹਰਾਜ ਦੇ ਵਿੱਚ ਪਿਛਲੇ ਅਸੀਂ ਉੱਥੇ ਕੱਟ ਕੀਤਾ ਸੀਗਾ ਆਪਣਾ ਲੋਕਤਕਾਰ ਲਾਇਰ ਵੱਲੋਂ ਉੱਥੇ ਇੱਕ ਬਹੁਤ ਵੱਡਾ ਇਕੱਠ ਹੋਇਆ ਸੀਗਾ ਐਨ ਜੀਓ ਵੱਲੋਂ ਉੱਥੇ ਦੱਸਿਆ ਗਿਆ ਵੀ ਪਾਈ ਤੁਸੀਂ ਨਸ਼ੇ ਦਾ ਦੇਖੋ ਕੀ ਹਾਲਾਤ ਬਣੇ ਪਏ ਆ 15-15 ਸਾਲ ਦੇ ਜਵਾਕ ਨਸ਼ੇ ਕਰ ਰਹੇ ਹੈਗੇ ਕਿੱਧਰ ਨੂੰ ਜਾਊਗਾ ਜੋ ਜਿਵੇਂ ਪੰਜਾਬ ਮੇਂ تھا ਕੁਝ ਹੋਇਆ ਦੂਰ ਹੋਇਆ ਜਾਂ ਨਹੀਂ ਹੋਇਆ ਗਾੜੀਨ ਪਰ ਹਮ ਦੋ ਸਾਰੇ ਇੱਥੇ ਸਾਰੇ ਖੜੇ ਆ ਕਿੱਥੇ ਮੇਰਾ ਪਿੰਡ ਪੂਲੀ ਹੈਗਾ बुजुर्ग आप बताइए उतरो तो बता दिया अच्छा लाल टोपी वाले बताएंगे टोपी तो लाल है पर सरकार किसकी बनेगी इस बार सरकार तो मुश्किल है कि मेरे साथ कोई नहीं बननी चाहिए कोई नहीं बनेगी कोई नहीं बननी चाहिए क्यों चन्नी का पुमार बड़ा बाडर समाज चला दो, दो साल हो गए कोई इतने राजा बाबू नहीं कोई बिल नहीं दिता कोई समरा के नहीं मोटा पैसे देने में

हाँ बाबा कैसे आप ठीक है सेहत ठीक है आपकी खास नहीं खास नहीं हाँ। में किसकी सेहत ठीक है कौन सी पार्टी दोनों ने ने का ऐसा क्यों मतलब आपका ये मुकर एक तो क्लियर कर देता हूँ मैं कि ये जो आम आदमी पार्टी का जो शॉर्ट नेम है आप ये बड़ा कन्फ्यूज करता है उन भाई साहब ने भी कहा कि हम तो जो है आपकी और आपकी में से भी दो तीन चीजें हो जाती है या कोई और फिर ये बताइए की आम आदमी पार्टी क्यों चाहते है पंजाब की जनता इन्होंने दोनों वे सत्तर साल हो गए ठगिया ठगिया मार दे सत्तर साल हो गए बटा देने ਕਿਸੇ ਪਊਆ दारू ਦਾ ਦੇਤਾ ਉਹ ਜਿਹੜੇ ਅਸੀਂ ਪਾਲਟੀ ਵਾਲੇ ਬੰਦੇ ਅਸੀਂ ਇਹਨਾਂ ਤੋਂ ਫੜਦੇ ਨਹੀਂ ਤੁਸੀਂ ਤਾਂ ਆ ਮਾਦੀ ਪਾਰਟੀ ਕੇਜਰੀਵਾਲ पे ਕੁਝ ਵਿਸ਼ਵਾਸ ਹੋ ਰਿਹਾ ਹੈ ਆਪਕੋ ਹਾਂ ਦਿੱਲੀ ਚ ਵੇਖ ਹਾਂਜੀ ਹਾਂਜੀ ਆਪਕੋ ਕੀ ਲੱਗਤਾ ਹੈ ਕੀ ਮਾਹੌਲ ਬਣ ਰਿਹਾ ਹੈ ਪੰਜਾਬ ਮੇ ਕਿਸ ਕੀ ਸਰਕਾਰ ਖਿਆਰਾ ਮਿਕਸ ਹੀ ਹੋਏਗੀ ਸਰਕਾਰ ਮਿਕਸ ਹੋਏਗੀ ਐਸਾ ਕਿਉਂ ਹਾਂ ਹਾਂ ਨਹੀਂ ਕਿਸੇ ਦਾ ਰੋਲ ਹੀ ਨਾ ਕਾਗਰਾਸ ਦਾ ਨਾ ਕਾਂਗ ਦਾ ਨਾ ਆਪ ਦਾ ਕੋਈ ਹੀ ਨਹੀਂ ਰੋਲ

ਕੋਇਆ ਲੱਗ ਰਿਹਾ ਹੈ ਕੌਣ ਜਿੱਤੇਗਾ ਆਮ ਪਾਰਟੀ ਜਿੱਤੂ ਗੁਰਦਾ ਪਿੰਡ ਚ ਹੀ ਆਮ ਪਾਰਟੀ ਦਾ ਸਰਪੰਚ ਬਣਿਆ ਪਹਿਲਾਂ ਹੀ ਅੱਛਾ ਹਾਂ ਤਾਂ ਇਹ ਤਾਂ ਕਹ ਰਹੇ 40 ਸੀਟਾਂ ਆਉਣਗੇ 40 ਮੈਂ ਸਰਕਾਰ ਨਹੀਂ ਬਣ ਪਾਈਗੀ ਆਮ ਪਾਰਟੀ ਨਿਆ ਪਤਾ ਗੁਰਦਾ ਪਿੰਡ ਚ ਆਮ ਪਾਰਟੀ ਦਾ ਸਰਪੰਚ ਜਿੱਤੇਗਾ ਹੂੰ ਪਹਿਲਾਂ ਹੀ ਤਾਂ ਢੂਲਵਾਈ ਵੀ ਪਿੰਡ ਚ ਤਾਂ ਹਾਂ ਤਾਂ ਲੱਗੂ ਲੱਗੂ ਅੱਛਾ ਹਾਂ ਜੀ ਪੱਕੀ ਗੱਲ ਹੈ ਚਲਿਏ ਇਹ ਤਾਂ ਕਹ ਰਹੇ ਆਪਕੋ ਕੀ ਲੱਗਦਾ ਹੈ ਅਕਾਲੀ ਹਲ ਦੀ ਤੂ ਕੀ ਮੋਗੇ ਰੈਲੀ ਦੇਖ ਕੇ ਇਕੱਠ ਧੁੱਕੀ ਕੱਢਵਾ ਸੀਗਾ ਹੁਣ ਵੀ ਹਰਕਤਾਂ ਰੈਲੀਆਂ ਹੁੰਦੀਆਂ ਜਿੱਥੇ ਜਖ ਵੀਰਵਾਦਲ ਸਿਰਲਾਈ ਤਰਿਆਂ ਦਾ क्या? पक्की गल तो आदमी पार्टी वो पेंट थे, पेंट, पेंट, सारे पास ही वाला भी है क्या, में? वाले भी है क्या? अच्छा, है? आप हो चला गया सीजन ही कुछ हो रहा है माहौल अभी बहुत कुछ हो शुरू हुआ ना कांग्रेस का कोई नहीं है

इसी हलके में एक और गांव में चलेंगे वहां पर भी जानेंगे कि लोग क्या सोचते हैं वहां पर क्या माहौल बन रहा है हम बुच्चो मंडी हलके के एक और गांव में हैं ये चक फतेह गांव है ये वैसे तो बादल का ससुराल है तो यूं कहें कि बादल की जब सरकारें रही तब इस गांव में क्या कुछ विकास हुआ बुज़ुर्ग है इन्होंने तमाम चुनाव देखे हैं और अब जब कांग्रेस की सरकार है तो क्या विकास हुआ ये पंचायत घर है यहाँ का बुजुर्ग बहुत चुनाव देखे हैं बादल साहब का ससुराल भी यही है ये। तो आपको क्या लगता है अब की सरकारें काम कर रही है या वो पहले वाली सरकारें काम कर रही है मैं नहीं सरकार ने इस हुन सरकार, सरकार कुछ नहीं कर रही जी हूं सरकार ने कुछ नहीं किया पांच साल से कुछ नहीं हुआ जयप सिंह पट्टी जीत के जितके बगे अपना अपना प्रीतम पाई जिते चले गए मुड़ के मुंह नहीं दिखा उन्हें

ਕੀ ਆ ਜੀ ਨੇ ਕਹਿਛੀ ਸਰਕਾਰ ਕਿਹੜੀ ਹੋ ਠੀਕ ਹੈ ਨਾ ਤਾਂ ਸਾਡੇ ਕਾਲਗਾਨੇ ਚੱਕਾ ਪੰਜ ਸਾਲ ਕੀਤਾ ਨਾ ਇਹਨਾਂ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਰੱਖਾ ਵਿਚਾਰਦਾ ਕੀ ਕਾਲਗਾਨੇ ਵੀ ਨਹੀਂ ਕਿ ਰੱਖਾ ਕੀਤਾ 25 ਸਾਲ ਕਾਂਗਰਸ ਰਾਜ ਕਰਕੇ ਉਹਨੇ ਸਾਡੇ ਪੰਜਾਬ ਦੀ ਰੱਖਾ ਨਹੀਂ ਕੀਤੀ ਜਿਵੇਂ ਬਾਦਲ ਸਾਹਿਬ ਦੇ ਸਾਰੇ ਹੋਂ ਤੇ ਪਿੰਡ ਚੰਗਾ ਬਣਾ ਦਿੰਦਾ ਕੋਸ਼ਿਸ਼ ਕਰੇ ਤੇ ਉਹਨਾਂ ਨੇ ਵੀ ਰੱਖਾ ਕੀਤਾ ਨਾ ਕਾਂਗਰਸ ਨੇ ਕੀਤਾ ਸਾਡੇ ਹਾਡੇ ਕੋਈ ਨਹੀਂ ਕਰਦਾ ਜਦੋਂ ਵੋਟ ਲੈਣੇ ਕੋਣ ਨੂੰ ਪੁੱਛਾਂਗੇ ਆ ਕੇ ਵੀ ਸਾਡੇ ਇਥੇ ਕੰਮ ਨਹੀਂ ਕਰਿਆ ਕੋਈ ਉਹ ਪੰਜ ਦੇਖ ਲੋ ਧਰਮਸ਼ਾਲਾ ਨੂੰ ਰੰਗ ਕਰਾਤਾ ਕੱਲਾ ਇਹ ਤਾਂ ਦੇਖ ਹੀ ਰਿਹਾ ਇਹ ਤਾਂ ਪੂਰਾ ਕਾ ਪੂਰਾ ਹੋਇਆ ਇਹ ਤਾਂ ਕੰਮ ਨਹੀਂ ਹੋ ਰਿਹਾ ਮਤਲਬ ਕਮਰੇ ਦੀ ਗੀਜਾਂ ਧਰਮਸ਼ਾਲਾ ਦੇ ਕੰਮ ਉਹ ਕਰਾਏ ਨਹੀਂ ਆਸੀ ਹੁਣ ਆ ਥੋੜੇ ਦਿਨ ਹੋ ਗਏ ਕੀ ਕਰ ਗਏ ਇੱਥੇ ਰੱਕਾ ਨਹੀਂ ਕਿਤੇ ਪਹਿਲਾਂ ਉਹਨੇ ਢੇੜੇ ਨਹੀਂ ਮਾਰਿਆ ਤੇ ਵੋਟਾਂ ਲੈ ਕੇ ਮੌਜ ਨਾ ਤਰ ਗਏ ਪਹਿਲਾਂ ਪ੍ਰੀਤਮਪਾਲ ਕੋਟਬਾਈ ਬਥੇਰੀਆਂ ਵੋਟਾਂ ਵੋਟਾਂ ਪਾਈਆਂ ਇੱਥੇ ਵੰਡ ਗਏ ਬਥੇਰੀ ਪਈਆ गलगा भी मुड़के नहीं आया। दिखाया। नहीं आया दिखाया बादल की जब सरकार रही थी तब कोई गाँव में आपको क्या लगता है ये तो कह रहे हैं कि काम वाम हुए नहीं तो अब जब चुनाव आएंगे तो क्या लग रहा है सरकार किसकी कांग्रेस ने तो काम नहीं किया ये कह रहे कांग्रेस ने तो काम नहीं किया ना ही ਅਗਾਲੀ ਦਲ ਨੇ ਕੀਤਾ ਤਾਂ ਆਪਕੋ ਕੀ ਲੱਗਦਾ ਜਿਹੜਾ ਉਧਰ ਗੁਰਦੁਆਰੇ ਕਿਨਾਰੇ ਪਾਰਕ ਬਣਿਆ ਉਹ ਇਹਨਾਂ ਨੇ ਬਣਵਾਇਆ ਜੀ ਕਿਸ ਨੇ ਸਭ ਕਹੇ ਨਹੀਂ ਬਣਵਾਇਆ ਉਹ ਹਾਂ ਇਹ ਜਿਹੜੇ ਪਹਿਲਾਂ ਕੰਮ ਕਰਾਇਸ ਇਹ ਵੀ ਸਾਰੇ ਉਹਨਾਂ ਨੇ ਕਰਵਾਏ ਸੀਗੇ ਤੇ ਹੁਣ ਮਤਲਬ ਸਾਡੇ ਇਹ ਸੀਗੇ ਕੋਟਪਾਈ ਜਾਂ ਹੋਰ ਸੀਗੇ ਇੱਕ ਦੋ ਇਹਨਾਂ ਨੇ ਸਾਡੇ ਜਮੇ ਕੰਮ ਨਹੀਂ ਕਰਿਆ ਕੋਈ ਵੀ ਕੁਝ ਵੀ ਨਹੀਂ ਗਿਆ

ਕੀ ਜਾ ਕੇ ਵੀ ਸ਼ਕਾ ਕਰ ਸਕਦਾ ਇਹ ਨਹੀਂ ਕਰ ਸਕਦੇ ਦੋਨੇ ਖਤਮ ਹੈ ਤਾਂ ਪੁੱਛੋ ਮੜੀ ਨੂੰ ਨੰਗਨ ਦਾ ਨਾਲਾ ਪਤਾ ਜੀ ਤੇ ਸਾਡੇ ਉਹ ਪੁੱਤਿਲ ਕਿ ਜੰਦੇ ਜਵਾਗ ਦੀ ਜੀ ਬੁਰਾ ਹਾਲ ਬੰਗੇ ਦਾ ਪੰਜ ਪੰਜ ਵਾਲੀ ਸੜਕ ਬੰਦ ਗਈ ਪੰਜ ਸੜਕ ਟੁੱਟ ਗਈ ਇਹ ਹਾਂ ਬਹੁਤ ਬੁਰਾ ਹਾਲ ਗਿਆ ਸਾਰਾ ਗੰਦਰਾ ਬਿਮਾਰੀ ਫੈਲਣ ਦਾ ਡਰ ਹੈ ਜੀ ਕਾਹ ਪੀਗਾ ਫੈਲਣ ਦਾ ਡਰ ਹੈ

आप भी आजगी खुद अपना काम ना कोई करूँ युवा क्या सोच रहा है सर इस बार तीसरी पार्टी को मौका मिलना चाहिए क्योंकि दो पहले जो दो पार्टियां आई हैं उसने इस बठिंडे में ना तो स्टडी ना स्पोर्ट्स के रिलेटेड कुछ भी नहीं किया गांव में जो थोड़ा मोटा खेलने के लिए होता था पंचायत ने वो भी ख़राब कर दिया सरकारी गवर्नमेंट स्कूल है वहाँ पे लड़कियों के लिए अलग से स्कूल नहीं है सिर्फ लड़के और लड़कियों का कंबाइन है अलग अलग होना चाहिए और इसी तरह यह आपने देख ही लिया इधर और इधर रास्ते देख सकते हैं उधर ग्राउंड देख सकते हैं सब कुछ खराब कर रखा है तो हम जब आ रहे थे तब भी देख रहे हैं आपने देख ही लिया कि कैसी हालत है चेंज होना चाहिए थोड़ा नई पार्टी आनी चाहिए इस बार थोड़ी नई आई आनी चाहिए कौन सी नहीं आम आदमी पार्टी को मौका मिलना चाहिए क्योंकि नहीं मैं तो कैप्टन ने भी बना लिया ना अब तो कैप्टन ने तो साढ़े चार साल सरकार राज भी किया ना उसने क्या किया साढ़े चार साल में ਮੈਂ ਇਹ ਮੈਂ ਤਾਂ ਭਾਜੀਪੀ ਵੀ ਇਕੱਲੇ ਦਮ पे ਲੜੇਗੀ ਇਸ ਵਾਰ ਭਾਜੀਪੀ ਨੇ ਤਾਂ ਦਿਖਾ دیا ਨਾ ਕਿਆ ਕੀ ਵਿਸ਼ੇ ਕਿਸਾਨ ਵਾਲਾ ਤੇਰੇ 얘 ਤਾਂ ਘਰੇ ਨਹੀਂ ਠੀਕ ਹੈ ਜੀ ਮੈਂ ਹੁਣ ਉਹ ਗਾਮ ਐਦੋਂ ਗੱਲ ਕਰੇ ਕਿ ਮੈਂ ਆਪ ਬਤਾਉਂਗੇ ਨਹੀਂ ਹੈ ਨਹੀਂ ਬੋਲ ਵੀ ਰਹੇ ਫਿਰ ਵੀ ਘਰੇ ਕਿ ਕਮ ਬਾਤਾਂ ਕਰਦਾ ਉਹ ਕਿਆ ਲੱਗਦਾ ਆਏ ਤਾਂ ਮੇਰਾਜ ਵਾਲੇ ਸਾਡਾ 2 ਲੱਖ ਮਾਫ ਹੋ ਗਿਆ ਐ ਕਿ ਕੱਗੇ ਪਰ ਅਸੀਂ ਕਹਿੰਦੇ ਉਹ ਵੀ ਨਾ ਉਹ ਪਿਛਲੀਆਂ ਪਾਰਟੀਆਂ ਨੂੰ ਛੱਡ ਕੇ ਨਵੀਂ ਪਾਰਟੀ ਆਵੇ ਸਾਡੇ ਅੱਡੇ ਤੇ ਡੱਕਾ ਨਹੀਂ ਅੱਡੇ ਤੇ ਬੈਠਣ ਨੂੰ ਸਵਾਰੀ ਨਹੀਂ, ਪਾਣੀ ਪੀਣ ਨੂੰ ਥਾਂ ਨਹੀਂ, ਕੋਈ ਲਾਈਟ ਦਾ ਪ੍ਰਬੰਧ ਨਹੀਂ, ਮਹਿਲਾ ਮੰਡੇ ਸਾਡੇ 12 ਬੁੱਟੂ ਪਾ ਲਾਤੀਆਂ ਤੇ ਅੱਡੇ ਤੇ ਇੱਕ ਮਤਲ ਦਵਾਰਕਾ ਸਸਰਾਲ ਰਹਾ ਆਪਕੇ ਇਹ ਸਾਰੀ ਸੁਵਿਧਾ ਹੀ ਨਹੀਂ ਆਲੂ ਕੀ ਆਖਿਰ ਤੇ ਜਾ ਕੇ ਸਰਕਾਰ ਨੂੰ ਕਰਦੇ ਨੇ ਕੰਮ ਨੂੰ ਕੁਝ ਨਹੀਂ ਕਰਦੇ ਡੱਕਾ ਖਤਮ ਹੈ ਸਸਰਾਲ ਨੂੰ ਤਾਂ ਤਾਂ ਕਰਕੇ ਜਿਹਦਾ ਆਵੇ ਉਹਨੂੰ ਵੋਟਾ ਪਾਵਾ ਥੱਕ ਗਏ ਉਹਨੇ ਨਹੀਂ ਕੁਝ ਕਾਲਾ ਕੰਮ ਵੀ ਨਹੀਂ ਆ ਰਿਹਾ ਉਹ ਵੀ ਨਹੀਂ ਦੇ ਦੇ ਰਹੇ ਹਾਂ ਖਤਮ ਕਰਿਆ ਜਾਮਾ ਕੰਮ ਤਾਂ ਕੋਈ ਲੱਗਦਾ ਹੈ ਕਿ ਕਰੇਗਾ ਕੋਈ ਕੰਮ ਕੋਈ ਪਾਰਟੀ ਵੀ ਦਿਖਦੀ ਆ

ਉਹ ਗਰਗਰ ਵਗੈਰਾ ਨਹੀਂ ਮਿਲ ਰਾ ਨਹੀਂ ਨਹੀਂ ਮਿਲ ਰਾ ਨਹੀਂ ਇਹ ਮੇਤਾਂ ਸੀਐਮ ਚੰਨੀ ਨੇ ਬਹੁਤ ਹੀ ਲੈਣ ਕਰਤੇ ਪਰ ਜਦੋਂ ਕੋਡ ਆਫ ਕੰਡਕਟ ਹੀ ਲੱਗ ਗਿਆ ਭਰਤੀਆਂ ਵੇਲੇ ਉਹਨਾਂ ਦਾ ਫਾਇਦਾ ਕੀ ਗੱਡੀਆਂ ਦਾ ਜਦ ਉਹਨਾਂ ਨੂੰ ਲਾਗੂ ਚਾੜਨ ਜਿਵੇਂ ਐਸਆਈ ਹੋ ਗਿਆ ਹੈਡ ਕਨਸਟੇਬਲ ਆ ਸਰ ਕੁਝ ਕੈਨਸਲ ਕਰਤਾ ਉਹਨਾਂ ਨੇ ਉਹ ਫਾਰਮ ਭਰਾ ਕੇ ਕੋਈ 2000 ਪਰ ਦਾ ਕੋਈ 4000 ਪਰ ਦਾ ਉਹਦਾ ਫਾਇਦਾ ਨਹੀਂ ਨਾ ਉਹਨਾਂ ਨੇ ਪੈਸੇ ਇਕੱਠੇ ਕਰ ਲਏ ਰੋਜ਼ਗਾਰੀ ਬਲਤਾ ਕੁਝ ਨਹੀਂ ਕੁਝ ਨਹੀਂ ਆਏਗਾ ਕੁਝ ਨਹੀਂ ਹੈ ਕਿਸੇ ਘਰ ਦੇ ਤਾਂ 5-5 ਜਾਣੇ ਆ ਜੀ ਹੁਣ ਇੱਕ ਦਾ ਇੱਕ ਵੀ ਹੈ ਨਹੀਂ तो गरीब बेचारे टाइम पास बहुत मुश्किल न कर तो फिर ये बदलाव कैसे आएगा ये सारी चीजें ठीक कौन करेगा कोई तो होगा ऐसा वो मन में रख लो के बाद फिर वही वाली बात है कोई है तो बताइए ना माहौल बन रहा है कि ठीक है हम चेंज, चेंज कर लीजिये कोई आप बता दीजिए चलिए फिर ये तमाम जो लोग थे गाँव के इनकी एक समस्या ये भी है की ये जो एक तरह का मिनी स्कूल है पंचायत घर है इसकी एक कमरे की जो है छत वो है वो गिरने वाली है तो ये तमाम जो समस्याएं ये बता रहे थे बाकी यहाँ का माहौल भी जो है आपने देख ही लिया होगा इन तमाम लोगों ने क्या कुछ कहा है